साल हो गए देख लो मेरे ब्याह हुए में 16 साल का सी उदो जब फिर मेरा मैरिज हुई है मतलब ये छोटा सी अपने बच्चों वर्गा प्रवासी लोग आके अपने देश दे विचों कमा के अपने घरां नूं भेज सकदे आ तां असीं अपने देश दे विच अपने एरिए दे विच आपां क्यों नहीं मेहनत कर सकते मुश्किलां तां ज़्यादा नहीं आईआं गईआं 4 महीने हो गए सानूं शुरू कीते नूं मेहनत करने विच कोई शर्म नहीं हैगी ते ना जिहड़े कहिंदे उहनां दी ओह सोच उन्नी कु हुंदी आ बंदे दी हैना वी कम छोटा जां वड्डा नहीं हुंदा गा बंदे दी सोच छोटी वड्डी हुंदी आ आम तौर ते ना पिंडां च सुनन दे विच इह गल आउंदी आ कि द्योर भरजाई दा जिहड़ा रिश्ता हुंदा आ हांजी नोक झोक वाला हुंदा आ मतलब थोड़े बहुते इक दूजे नूं टीचरां वी हुंदे रहिंदियां फिर इत्थे कम ते जो तुसीं उन्नी टीचरां हुंदियां इक दूजे नूं हांजी वाधू टीचरां तां हुंदियां ही ने वैसे चलो इह तां खासियत आ क्योंकि अजकल रिश्ते ज्यादा इना है नहीं गा बहुत रेयर जिहा वा जी घट ही मिलता देखने को है ना क्योंकि हसबेंड वाइफ ज्यादा होंगे ने बंदा कला काम करता वा द्योर ज कोई ननद ज कोई सस ये रिश्ते थानू पता ही है भी किदा दे हुंदे आ पर साडा नहीं हैगा ये छोटा सीगा जदों मेरा विआह होया 18 साल हो गए देख लो मेरे विआह होए नूं 16 साल का सी उदो जब फिर मेरा मैरिज हुई है मतलब ये छोटा सी अपने बच्चों वर्गा ਝਿੜਕ ਵੀ ਦਿੰਦੇ ਹੋ ਕਿਤੇ ਗਲਤੀ ਗੁਲਤੀ ਹੋ ਜੇ ਫਿਰ ਤੁਸੀਂ ਹਾਂਜੀ ਹਾਂ ਇਹ ਜੇ ਮੇਰੀ ਗਲਤੀ ਹੋਵੇ ਮੈਨੂੰ ਵੀ ਝਿੜਕ ਦਿੰਦਾ ਅੱਛਾ ਹਾਂ ਜੇ ਇਹਦੀ ਹੈ ਤਾਂ ਫਿਰ ਮੈਂ ਇਹਨੂੰ ਝਿੜਕਦੀ ਆ ਅੱਛਾ ਬਾਈ ਨਾਲ ਗੱਲ ਕੀਤੀ ਸੀ ਬਾਈ ਕਹਿੰਦੇ ਮੈਂ ਹਲੇ ਕੁਵਾਰਾ ਹਾਂ ਹਾਂਜੀ ਤੇ ਬਾਈ ਤੁਹਾਨੂੰ ਕਹਿੰਦਾ ਨਹੀਂ ਵੀ ਭਾਬੀ ਮੇਰਾ ਵਿਆਹ ਵੀ ਤੁਸੀਂ ਕਰਵਾ ਦਿਓ ਕਿਤੇ ਕਹਿੰਦਾ ਵਾ ਜੀ ਅਸੀਂ ਤਾਂ ਲੱਭਦੇ ਆਂ ਕਿਹਾ ਹੋਇਆ ਨਾ ਵੀ ਚਲੋ ਕੁੜੀ ਮਿਲ ਜੇ ਇਹਨੇ ਬਾਹਰ ਨਹੀਂ ਨਾ ਜਾਣਾਗਾ ਇਸ ਕਰਕੇ ਅੱਜ ਦੇ ਬੱਚਿਆਂ ਦਾ ਜ਼ਿਆਦਾ ਝੁਕਾਅ ਬਾਹਰ ਵੱਲ ਨੂੰ ਇਹ ਕਹਿੰਦਾ ਮੈਂ ਬਾਹਰ ਜਾਣਾ ਨਹੀਂ ਚਾਹੇ ਜਹਾਜ਼ ਗੇਟਾਂ ਜਾ ਕੇ ਲੱਗ ਜੇ ਨਹੀਂ ਰਹਿਣਾ ਜਹਾਜ਼ ਤੇ ਖੇਤਾਂ 'ਚ ਖੜਾ ਹੋ ਜੇ ਪਰ ਬਾਹਰ ਨਹੀਂ ਜਾਣਾ ਹੁਣ ਬਾਹਰ ਨਹੀਂ ਜਾਣਾ ਠੀਕ ਹੈ ਤੇ ਮਤਲਬ ਵਧੀਆ ਚੱਲ ਰਿਹਾ ਹੁਣ ਜੋ ਵੀ ਆਪਣਾ ਕੰਮ ਆ ਤੁਹਾਡਾ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਚੱਲਦਾ ਚਲੋ ਬਹੁਤ ਚੰਗੀ ਗੱਲ ਹੈ ਮਤਲਬ ਇੱਕ ਦਿਓਰ ਭਰਜਾਈ ਦਾ ਰਿਸ਼ਤਾ ਇੱਕ ਪਿਆਰ ਆਪਾਂ ਕਹਿ ਦਈਏ ਰਿਸਪੈਕਟ ਮਤਲਬ ਪਹਿਲੀ ਵਾਰ ਦੇਖਣ ਨੂੰ ਜਿਹੜੀ ਮਿਲਦੀ ਹੈ ਤੇ ਅਭੀ ਜੀ ਜੇ ਮੈਂ ਇੱਕ ਸਵਾਲ ਪੁੱਛਾਂ ਲੋਕ ਜਦੋਂ ਤੁਹਾਡੇ ਕੋਲ ਆਉਂਦੇ ਆ ਕਹਿੰਦੇ ਨੇ ਵੀ ਦਿਓਰ ਭਰਜਾਈ ਨੇ ਦੁਕਾਨ ਲਾਈ ਹੋਈ ਹੈ ਮਤਲਬ ਆਮ ਤਾਂ ਲੋਕਾਂ ਨੂੰ ਹੁਣ ਪਤਾ ਹੀ ਜ਼ਿਆਦਾ ਲੱਗ ਗਿਆ ਕਿਸੇ ਵੱਲੋਂ ਤੁਹਾਨੂੰ ਕੋਈ ਨੈਗੇਟਿਵ ਚੀਜ਼ ਸਾਹਮਣਾ ਕਰਨਾ ਪਿਆ ਹੋਵੇ ਨਹੀਂ ਕੋਈ ਵੀ ਨਹੀਂ ਇਹ ਜਿਹਾ ਹੋਇਆ ਹੀ ਨਹੀਂ ਗਾ ਮੈਂ ਕਹਿ ਦਈਏ ਹਨਾ ਬਹੁਤ ਵਧੀਆ ਲੋਕ ਨੇ ਵੈਸੇ ਇੱਥੋਂ ਦੇ ਬਹੁਤ ਵਧੀਆ ਏਰੀਆ ਵੀ ਬਹੁਤ ਵਧੀਆ ਤੇ ਜਿੰਨੇ ਵੀ ਅੱਜ ਤੱਕ ਸਾਨੂੰ ਮਿਲੇ ਆ ਬਹੁਤ ਵਧੀਆ ਕੋਈ ਇਦਾਂ ਨੈਗੇਟਿਵ ਪੁਆਇੰਟ ਹੋਇਆ ਹੀ ਨਹੀਂ ਗਾ ਹਜੇ ਤੱਕ ਸੋ ਬਹੁਤ ਵਧੀਆ ਚੰਗੇ ਰਿਸ਼ਤਿਆਂ ਦੀ ਮਿਸਾਲ ਜਿਹੜੀ ਤੁਸੀਂ ਕਾਇਮ ਕੀਤੀ ਆ ਸੁਨੇਹਾ ਕੀ ਜਾਂਦਾ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਕੀ ਮੈਸੇਜ ਆਉਂਦਾ ਤੁਹਾਡੇ ਵੱਲੋਂ ਸੁਨੇਹਾ ਤਾਂ ਇਹੀ ਹੈ ਜੀ ਜੇ ਪ੍ਰਵਾਸੀ ਲੋਕ ਆ ਕੇ ਆਪਣੇ ਦੇਸ਼ ਦੇ ਵਿੱਚੋਂ ਕਮਾ ਕੇ ਆਪਣੇ ਘਰਾਂ ਨੂੰ ਭੇਜ ਸਕਦੇ ਆ ਤਾਂ ਅਸੀਂ ਆਪਣੇ ਦੇਸ਼ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਆਪਾਂ ਕਿਉਂ ਨਹੀਂ ਮਿਹਨਤ ਕਰ ਸਕਦੇ ਆਪਾਂ ਬਾਹਰ ਨੂੰ ਭੱਜਦੇ ਆ ਕੈਨੇਡਾ ਅਮਰੀਕਾ ਨੂੰ ਭੱਜਦੇ ਆ ਆਪਾਂ ਉੱਥੇ ਕਮਾਉਂਦੇ ਆ ਦਿਹਾੜੀਆਂ ਕਰਦੇ ਆ ਮਿਹਨਤਾਂ ਕਰਦੇ ਆ ਇੱਥੇ ਰਹਿ ਕੇ ਵੀ ਆਪਾਂ ਬਹੁਤ ਕੁਝ ਕਰ ਸਕਦੇ ਆ ਇਹ ਨਹੀਂ ਹੈਗਾ ਵੀ ਆਪਣੇ ਇੱਥੇ ਪੈਸਾ ਨਹੀਂ ਜਾਂ ਕੰਮ ਨਹੀਂ ਪੈਸੇ ਦੀ ਵੀ ਕੋਈ ਕਮੀ ਨਹੀਂ ਤੇ ਕੰਮ ਦੀ ਵੀ ਕੋਈ ਕਮੀ ਨਹੀਂ ਸੋ ਇਹ ਹੈ ਜੀ ਦਿਓਰ ਭਰਜਾਈ ਦੀ ਜੋੜੀ ਪੰਜਾਬੀ ਰਸੋਈ ਵਾਲੇ ਸਵੇਰ 11 ਵਜੇ ਤੋਂ ਲੈ ਕੇ ਸ਼ਾਮ ਤੋਂ 3 ਦੇ 4 ਵਜੇ ਤੱਕ ਜਿਹੜੇ ਵੀਰ ਇੱਥੇ ਹੁੰਦੇ ਨੇ ਆ ਕੇ ਤੁਸੀਂ ਵੀ ਟਰਾਈ ਕਰ ਸਕਦੇ ਹੋ